सेटअप अंदर ही कहीं करते हैं। हाँ जी Thank you.
है। स्टिल तो मैं आऊँगा नहीं, फिल्म में भी देखा, मैं मेन भी लाऊँगा। एक रागनिया चला मैंने। हाँ ये तो कोई ना देखूँ। पाँच एम बी स्पीड आती है, पाँच छः एम बी रेंज आएगी बहुत ज़्यादा। ट्वेंटी नाइन शाम को कॉफ़ी है, 30th को वेडिंग शाम को है। आइए, 9:30 को पूजा होगी। आइए आइए, एलईडी कर दो, एलईडी कर दो, शेयर दे रहा हूँ। हाँ, ओपन कर दिया हूँ, कर लो, कर लो, कर लो, एक और, बड़ी आगे तो एब्सोल्युटली भाई गुड लॉन्ग नदी लेने दी एलईडी ले ਨਹੀਂ ਹੁਣ ਪ੍ਰੇਮ ਚਾਹ ਰਿਹਾ ਆਹ ਵਾਲੀ ਡੱਬੇ ਚ ਰਿਸ਼ੀ ਆਹ ਵਾਲੀ ਡੱਬੇ ਚ ਕੱਪੜੇ ਦੋਈ ਤੇ ਥੱਲੇ ਕਰ ਦੋ ਜਿਹੜੇ ਡੱਬੇ ਚ ਦੋਈ ਥੱਲੇ ਕਰ ਸ਼ੈਲ ਕਾਮੀ ਦੀ ਆਉਂ ਮੰਦਰੀ ਆ ਆਪਣੇ ਮਸਤੀ ਦਾ ਸੰਸਾਰ ਹੈ ਹਾਂ ਇਹ ਨਹੀਂ ਸਾਨੂੰ ਨਹੀਂ।
ऋषि इसको साथ हाँ जी साढ़े ग्यारह निकलना है, 10 मिनट लगने हैं जी। जब 11:20 मेन रोड तो हाँ जी, मेन रोड मतलब हाँ जी, पुलिस ने भी वही दस्या गेट थोड़े घर वाले पास गेट अंदर, फिर वो जो गवर्नमेंट स्कूल जितने वोटा पैदा से उतो राइट, फिर अगे जाके जितने साढ़ा बाड़ा से उतो राइट Thank you.
ਲੱਖ ਲੱਖ ਹੋ ਗਏ ਜੇ ਲੋੜ ਪੈ ਜਾਂਦੀ ਹੋ ਜਾਂਦੀ ਮੰਮੀ ਦੱਸ ਦਿਓ ਕਿੱਥੇ ਮੰਮੀ ਜੀ
I
ਇੰਡਸਟਰੀ Thank you.
Thank you.
Thank you.
Okay.
ਰੋਕਣਾ ਤੂੰ ਬਣਾ ਲਈ ਰੋਕ ਲਓ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਤਿੰਨੇ ਤਾਪ ਨਿਵਾਰਨ ਹਾਰਾ ਦੁਖਿੰਤਾ ਸੁਖਰਾਸ ਤੰਗ ਵਿਗਨਾ ਕੋ ਲਾਗੈ ਜਾਕੀ ਪ੍ਰਭ ਆਗੈ ਅਰਦਾਸ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਸਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਦੀ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰਿਐ ਘਰ ਨੌ ਮਿਧੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਸਤਿਗੁਰੂ ਜੀ ਆਪ ਜੀਆਂ ਦੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ
ਵੰਡ ਕੇ ਛਕਿਆ ਦੇਗ ਚਲਾਹੀ ਦੇਗ ਵਾਹੀ ਦੇਗ ਸੁਣ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੁਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਰ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾ ਖਾਲਸਾ ਸਾਹਿਬ ਜੀ ਤਹਾਂ ਦਾ ਰਸ਼ਿਆ ਰਿਆਇਤ ਦੀ ਸਿੰਘ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰਾ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਦਤਾਰ ਜੀਓ ਸ਼੍ਰੀ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਜੁਗ ਜੁਗ ਅਟਲ ਚਵਰ ਤੱਕ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਕੀ ਗੁਰਬਾਣੀ ਕੇ ਗੁਰਵਾਕ ਹਨ ਜਿਹਾ ਤੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀ ਹੈ ਜਿਹਦੇ ਗੁਰਵਾਕ ਅਨੁਸਾਰ ਸਤਿਗੁਰ ਜੀ ਆਪ ਜੀ ਦੇ ਦਰ ਘਰ ਦਾ ਪ੍ਰੀਤਵਾਨ ਭਾਈ ਸਹਿ ਭਾਈ ਸੁਣ ਸਿੰਘ ਠੇਕੇਦਾਰ ਸਤਿਗੁਰ ਜੀ ਆਪ ਜੀ ਨੇ ਜਿੰਨੀ ਕੀ ਸਵਾਸਾਂ ਪੂੰਜੀ ਦੇ ਕਰਕੇ ਸੰਸਾਰ ਲੋਕ ਦੀ ਯਾਤਰਾ ਤੇ ਭੇਜਿਆ ਸੀ ਆਪ ਜੀ ਦੇ ਬਾਣੇ ਅਨੁਸਾਰ ਕੁਛ ਦਿਨ ਪਹਿਲਾਂ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਜਾ ਵੀ ਰਾਜ ਨੇ ਸਤਿਗੁਰੂ ਜੀ ਇਸ ਵਕਤ ਉਹਨਾਂ ਦੇ ਪੰਜ ਭੂਤਕ ਸਰੀਰ ਦੀ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨ ਕਮਲਾਂ ਦਾ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਸਰਬੱਤ ਸੰਗਤਾਂ ਨੂੰ ਬਾਣਾ ਮੰਨਣ ਦਾ ਬਲ ਉਦਾਂ ਬਖਸ਼ਣਾ ਸਤਿਗੁਰ ਜੀ ਘਰ ਪਰਿਵਾਰ ਬੱਚਿਆਂ ਦੇ ਸੀਸਾਂ ਤੇ ਮੇਹਰ ਭਰੇ ਹੱਥ ਰੱਖਿਓ ਸਤਿਗੁਰ ਜੀ ਆਉਣ ਵਾਲਾ ਸਮਾਂ ਪਰਿਵਾਰ ਤੇ ਖੁਸ਼ੀਆਂ ਭਰਿਆ ਆਨੰਦਾ ਬਤੀਤ ਹੋਵੇ ਸਤਿਗੁਰ ਜੀ ਆਪ ਜੀ ਦੇਵ ਆਗਿਆ ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕਰਨ ਦੀ ਲੈ ਜਾਣ ਵਾਸਤੇ ਸਹੀ ਗੁਰਮੁਖ ਪਿਆਰਿਆਂ ਦੇ ਮੇਲ ਜਿਨ ਮਿਲਿਆ ਕਰਕੇ ਆਪ ਜੀਆਂ ਦਾ ਹੀ ਨਾਮ ਚੇਤੇ ਆਵੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਹੀ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਕੋਈ ਨਾ ਉਧਰ ਇੱਧਰ ਹੀ ਰਹਿਣ ਦੇ ਇਹ ਪੂਰੀ ਜੋਰ ਤੇ ਰੱਖ ਟੇਬਲ
ਚਾਦਰ ਥੱਲੇ ਵਾਲੀ ਕਰਦੀ ਬੈਡ ਵਾਲੀ ਤਾਂ ਨਹੀਂ ਆਪਾਂ ਉੱਪਰ ਟੱਕ ਕਰਦੇ ਆਲੋਈਆਂ ਚੱਲ ਧੱਕ ਦੇ ਹੱਥ ਬਚਾਏ ਬਿੰਦ
चाबी किसके पास में है वही तो देख अपना अपना गाड़ी देख लो आ गया कौन
ਚੱਲ ਘੱਟ ਕਰ ਲਓ
ਲਾ ਦਿੰਦੀ Thank you.
हेलो हाँ जी
ਮੈਂ ਜਿਹੜਾ ਕਿ ਦੱਸ ਕੇ ਆਇਆ ਕਰਦਾ ਪਾਈਆ ਤੋੜ ਕੇ ਆ ਰਹੀ ਹੈ ਬਸ 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 ਬਸ
ਮਾੜ ਜਾ ਮੂੰਹ ਨੂੰ ਲਾ ਕੇ ਨਾ ਮਾੜ ਜਾ ਮੂੰਹ ਨੂੰ ਲਾ ਦਿਓ ਕੇ ਉੱਤੇ ਲਾ ਦਿਓ ਏਦਾਂ ਹੀ ਬਾਕੀ ਛਾਤੀ 'ਚ ਪਾ ਦਿਓ ਬਾਕੀ ਛਾਤੀ 'ਤੇ ਪਾ ਦੇਣਾ ਸਾਰੇ ਛਾਤੀ 'ਤੇ ਸਾਰੇ ਸਰੀਰ 'ਤੇ ਬਸ ਬਸ ਮੂੰਹ ਬਹੁਤਾ ਨਹੀਂ ਲਾਉਣਾ ਜ਼ਿਆਦਾ ਨਹੀਂ ਲਾਉਣਾ ਮੂੰਹ ਨੂੰ ਇੱਧਰ ਨਾ ਲਾਇਓ ਰਹਿਣ ਦਿਓ ਬਸ ਛਾਤੀ 'ਤੇ ਪਾ ਦਿਓ ਛਾਤੀ 'ਤੇ ਪਾਈ ਦਾ ਬਸ ਕਿਚਨ ਕੋਲ ਸਰੀਰ ਤੇ ਰੱਖਣਾ ਜੀ ਸਾਰੇ ਪਾ ਦਿਓ ਸਾਰੇ ਸਰੀਰ ਤੇ ਕੋਈ ਗੱਲ ਨਹੀਂ ਹਾਂਜੀ ਕੋਈ ਨਾ ਕੋਈ ਨਾ ਮੈਂ ਕਰ ਲੈਣਾ ਰੱਖ ਦਿਓ ਸਾਈਡ ਤੋਂ ਮੈਂ ਕਰ ਲੈਣਾ ਤੁਸੀਂ ਛੱਡ ਦਿਓ ਪੱਟ ਹੋ ਜਾਂਦਾ ਜੀ ਪੱਟ ਹੋ ਜਾਂਦਾ ਹੱਥ ਨਾਲ ਹੀ ਪੱਟ ਜਾਂਦਾ ਬਸ ਇੱਧਰ ਚੱਕ ਲਿਓ ਹਾਂਜੀ
ਇੱਧਰ ਟੱਕ ਲਿਓ ਸਾਰੇ ਉਰੇ ਪਾ ਦਿਓ ਸਾਰੇ ਕੱਪੜਾ ਦੇ ਦਿਓ ਉੱਤੇ ਪਾ ਦਿਓ ਥੋੜ੍ਹਾ ਕੱਪੜਾ ਦੇ ਦਿਓ ਕੱਪੜਾ ਪਾ ਦਿਓ ਉੱਤੇ ਨਹੀਂ ਲੋੜ ਬਾਲਣ ਤੇ ਹੁਣ ਸਮੱਗਰੀ ਪਾਇਓ ਉੱਤੇ ਪੂਰਾ ਢੱਕ ਦਿਓ ਸਮੱਗਰੀ ਪੈਣੀ ਉੱਤੇ ਪਾ ਦਿਓ ਪਾ ਦਿਓ ਮਗਰੀ ਪਾ ਦਿਓ ਸਾਰੇ ਉੱਪਰ ਉੱਪਰ ਪਾ ਦਿਓ ਬਾਅਦ ਚ ਪਾ ਦਿਓ ਮਗਰੀ ਪਾ ਲਓ ਲਿਆ ਜੀ ਲੱਕੜਾਂ ਲਿਆਓ ਵਿੱਚ ਰੱਖ ਦਿਓ ਨਾਲ ਪਿੱਛੇ ਸ਼ਹਿਰ ਪਾਣੀ ਇੱਧਰ ਆ ਜਾਓ ਵਿੱਚ ਪਾ ਦਿਓ ਕਿੱਥੇ ਆ ਦੇਵੇ ਇਹਨਾਂ ਨੂੰ ਆ ਪਾਓ
ਆ ਲੈ ਲਵਾ ਪਾ ਦੋ ਚੰਦਨ ਗੁਰ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆ ਵੈ ਧਾਈ ਸੋ ਠਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਸਤਿਗੁਰੂ ਜੀ ਆਪ ਜੀਆਂ ਦੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਹੀ ਦੇਖ ਵਾਹੀ ਦੇਖ ਸੁਣ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਈ ਕੋਪਰੀਆਂ ਲੁਹਾਈਆਂ ਚਰੱਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਧਾਣ ਸਤਿਗੁਰੂ ਨਿਉਟਿਆਂ ਦੀ ਆਉਟ ਸਤਿਗੁਰੂ ਜੁਗੋ ਜੁਗ ਅਟਲ ਜਬਰ ਤੱਕ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਕੀ ਗੁਰਬਾਣੀ ਕੇ ਪਾਵਨ ਸ਼ਬਦ ਹਨ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ ਜੀ ਦੇ ਗੁਰਵਾਕਾ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦਾ ਪ੍ਰੀਤਵਾਨ ਭਾਈ ਸਾਹਿਬ ਭਾਈ ਸੋਹਣ ਸਿੰਘ ਠੇਕੇਦਾਰ ਸਤਿਗੁਰੂ ਜੀ ਆਪ ਜੀ ਨੇ ਜਿੰਨੀ ਕਿ ਸਵਾਸਾਂ ਪੂੰਜੀ ਦੇ ਕਰਕੇ ਸੰਸਾਰ ਲੋਕ ਦੀ ਯਾਤਰਾ 'ਤੇ ਭੇਜੀ ਸਤਿਗੁਰੂ ਜੀ ਆਪ ਜੀ ਦੇ ਭਾਣੇ ਅਨੁਸਾਰ ਸਤਿਗੁਰੂ ਜੀ ਕੁਛ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਜਾ ਵੀ ਰਾਜਨ ਸਤਿਗੁਰੂ ਜੀ ਉਸ ਵਿਛੜ ਚੁੱਕੀ ਰੂਹ ਨੂੰ ਸਤਿਗੁਰੂ ਜੀ ਆਪਣੇ ਚਰਨ ਕਮਲਾਂ ਦਾ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਬੱਚਿਆਂ ਨੂੰ ਸਰਬੱਤ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਉੱਦਮ ਬਖਸ਼ਣਾ ਸਤਿਗੁਰੂ ਜੀ ਆਉਣ ਵਾਲਾ ਸਮਾਂ ਪਰਿਵਾਰ 'ਤੇ ਖੁਸ਼ੀਆਂ ਭਰਿਆ ਆਨੰਦਾਂ ਬਤੀਤ ਹੋਵੇ ਸਤਿਗੁਰੂ ਜੀ ਦਰੋਂ ਘਰੋਂ ਗੁਰਸਿੱਖੀ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਇਸ ਵਕਤ ਪੰਜ ਭੂਤਕ ਸਰੀਰ ਨੂੰ ਸਤਿਗੁਰੂ ਜੀ ਅਗਨ ਭੇਟ ਕਰਨ ਦੀ ਦਿਓ ਆਗਿਆ ਸਹੀ ਗੁਰਮੁਖ ਪਿਆਰਿਆਂ ਦੇ ਮੇਲ ਜਿਨ ਮਿਲਿਆ ਕਰਕੇ ਆਪ ਜੀਆਂ ਦਾ ਹੀ ਨਾਮ ਚਿੱਤੇ ਆਵੇ ਧੰਨ ਗੁਰੂ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਸਾਈਡ 'ਤੇ ਰੱਖ ਲਓ ਉੱਥੇ ਬਾਅਦ 'ਚ ਕਰ ਦਿੰਦਾ ਦੱਸ ਮਿੰਟ ਅੱਛਾ
ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਨੰਤਰ ਹੁਮੈ ਕੰਡਾ ਹੇ ਜਿਉ ਜਿਉ ਤਲੈ ਸੁਬੈ ਦੁਖ ਪਾਵੈ ਜਮਕਾਲ ਸਭ ਹੈ ਸਿਰ ਡੰਡਾ ਹੇ ਹਰ ਜਨ ਹਰ ਹਾਂ
ਤਾਪ ਨਿਵਾਰਨ ਹਾਰਾ ਦੁਖਿਅੰਤਾ ਸੁਖਰਾਸ ਤਾਂ ਕੋ ਵਿਚਨਾ ਕੋ ਲਾਗੈ ਜਾਗੀ ਪ੍ਰਭ ਆਗੈ ਅਰਦਾਸ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਬੈਠੇ ਸਭ ਦੁਖ ਜਾਏ ਗੁਰਦੇਵ ਬਹਾਦਰ ਸਿਮਰਿਆ ਘਰ ਨੋ ਨਿਧਿਆਵੈ ਧਾਈ ਸਭ ਸਾਈ ਕੋ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਹੇ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਧਾਣ ਸਤਿਗੁਰੂ ਨੇ ਉੱਤਿਆਂ ਦੀ ਆਉਤ ਸਤਿਗੁਰੂ ਜੋ ਅਟਲ ਜਾਗਰ ਤੱਕ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਸਾਹਿਬ ਸਹਿਤ ਅਰਦਾਸ ਸਤਿਗੁਰਾਂ ਨੇ ਜਿੰਨੀ ਕੁ ਸਵਾਸਾ ਪੂਰੀ ਦੇ ਕਰਕੇ ਸੰਸਾਰ ਲੋਕ ਦੀ ਯਾਤਰਾ ਤੇ ਭੇਜਿਆ ਸੀ ਸਤਿਗੁਰਾਂ ਦੇ ਬਾਣੀ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ ਦਰਬਾਰ ਸੰਗਤਾਂ ਨੂੰ ਪਰਿਵਾਰ ਵੱਲੋਂ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਗੁਰੂ ਘਰ ਵਿਖੇ ਪਹੁੰਚ ਕਰਕੇ ਅਲਾਣੀਆਂ ਦੇ ਜਾਪ ਸਰਵਨ ਕਰਕੇ ਉਪਰੰਤ ਪਰਿਵਾਰ ਵੱਲੋਂ ਗੁਰੂ ਦੇ ਲੰਗਰ ਤਿਆਰ ਹਨ ਸਰਬੱਤ ਸੰਗਤਾਂ ਨੇ ਛੱਕ ਕਰਕੇ ਜਾਣੇ ਤੋਂ ਆਈਆਂ ਹੋਈਆਂ ਸਰਬੱਤ ਸੰਗਤਾਂ ਦਾ ਪਰਿਵਾਰ ਵੱਲੋਂ ਜੀਆਇਆਂ ਨੂੰ ਧੰਨਵਾਦ ਤੇ ਬੁਲਾਓ ਪੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਪਰਿਵਾਰ ਵੱਲੋਂ ਸੋ ਗੁਰਮੁਖ ਪਰਿਵਾਰ ਦੇ ਗ੍ਰਹਿ ਵਿਖੇ ਸੁਰਜੀ ਬਾਣੀ ਦੇ ਜਾਪ ਸਹਿਪਾਠ ਗੁਰਬਾਣੀ ਦੇ ਜਾਪ ਆਰੰਭ ਸਨ ਸੋ ਜਿਨ੍ਹਾਂ ਦੇ ਭੋਗ 22 ਤਰੀਕ ਦਿਨ ਐਤਵਾਰ ਨੂੰ ਖਾਲਸਾ ਸਕੂਲ ਦੇ ਗਰਾਊਂਡ ਵਿੱਚ ਅੰਤਮ ਅਰਦਾਸ ਹੋਵੇਗੀ ਸੋ ਪਰਿਵਾਰ ਵੱਲੋਂ ਬੇਨਤੀ ਹੈ ਸਰਬੱਤ ਸੰਗਤਾਂ ਨੇ ਅੰਤਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਬੁਲਾਓ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thank you.
ਸਿਰ ਦੇ
ਮਹਿਲ ਰੁਨੀ ਦਰਬਾਰੇ ਰੋਗ ਕੰਤ ਮੇਲੀ ਹੋ ਸੱਜੇ ਗੇ ਗੁਣ ਸਾਰੇ ਜਲ ਮਲ ਜਾਨੀ ਨਵਾਲਿਆ ਕੱਪੜ ਪਾਠਾਂ ਬਾਰੇ ਵਾਜੇ ਵੱਜੇ ਸੱਚੀ ਬਾਣੀਆਂ ਪੰਚ ਮੂਲੇ ਮਨ ਮਾਰੇ ਜਾਨੀ ਸੁਨੜੇ ਮੇਰਾ ਮਰਨ ਪਿਆਰਾ ਤ੍ਰਿਗ ਜੀਵਨ ਸੰਸਾਰੇ ਜੀਵਨ ਮਰੇ ਸੋ ਜਾਣੀਏ ਫਿਰ ਸੱਚੜੇ ਹਿਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਰੰਦ ਕਮਣੀਆਂ ਸਿਰ ਛੋਟੀ ਅੜੀ ਰਿਸ਼ਨਕਾਰੇ ਘਰ ਘਰ ਰੰਗ ਮਹਿਲੀਆਂ ਰਹਿਤ ਪਿਆਰੇ ਮੈਂ ਮੇਰ ਸੱਜ ਸਰਾਹਣਾ ਰਸਿ ਅੜੀ ਨਾਮਕ ਧਾਰੀ ਗੁਰ ਮਿਲਿਆ ਵੇਸ ਪਲਟਿਆ ਸਾਧਨ ਸਤ ਸਿੰਗਾਰ ਸਿਮਰੋ ਸਿਰਜਣਹਾਰੋ ਬਈਗਰ ਨਾਮ ਸੁਹਾਗਣੀ ਸਤ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰ ਹੰਸ ਮਹਲਾ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾ ਰਾਜੀ ਨਾਮ ਧਿਆਏ ਤਾਂ ਸੁਖ ਪਾਏ ਬਹਿਨਾ ਨਾਮੈ ਖੇੜ ਕਾਕੇ ਜਿਨ ਥਾਪੇ ਜਿਨ ਜਾਣ ਸੋਏ ਗਿਆਨ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਦੋ ਸੋ ਸਾਹਿਬ ਪ੍ਰਵਾਣੋ ਬਾਬਾ ਆਇਆ ਹੈ ਉਤ ਚੱਲਣਾ ਆਪ ਬੰਦੈ ਹੈ ਸੰਸਾਰੋ ਸਿਰ ਸਿਰ ਸਜਣਾ ਲਿਖਿਆ ਜਪ ਮਾਰਗ ਪੰਥ ਨ ਸੁਜਾਏ ਉਜੜ ਅੰਗ ਗੁਬਾਰਵਾ ਨਾ ਜਲ ਲੇਪ ਤੁਲਾਈਆ ਨਾ ਭੋਜਨ ਪਰਕਾਰਵਾ ਭੋਜਨ ਪਾਉ ਨ ਠੰਡਾ ਪਾਣੀ ਨ ਕਾਪੜ ਸਿੰਗਾਰੋ ਗਲ ਸੰਗਲ ਸਿਰ ਮਾਰੇ ਉਗੋ ਨਾ ਦਿਸੈ ਕਰਬਾਰ ਤਿਬ ਕੇ ਰਾਹੀ ਜੰਮਰ ਡਾਹੀ ਪਛੁ ਤਾਣੇ ਸਿਰ ਪਾਰੋ ਬਿਨ ਸਾਜੇ ਕੋ ਬੇਲੀ ਨਾਹੀ ਸਾਜਾ ਇਹੋ ਵਿਚਾਰ ਬਾਬਾ ਰੋਵੈ ਰਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੇ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੈ ਮੈਲ ਨ ਲੋਵੈ ਸੁਖ ਨੰਦਨ ਸੰਸਾਰ ਜਿਉ ਬਾਜੀ ਕ
सतगुर रहया पर पूरे
ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ ਸਤਿਗੁਰ ਜੀ ਆਪ ਜੀਆਂ ਦੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਚੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁੱਖਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਹੀ ਦੇਗ ਵਾਹੀ ਦੇਖ ਸੁਣ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਸਾਹਿਬ ਜੀ ਤਹਾਂ ਤਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਭਰੋਸਾ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਗੂੰਗੇ ਯੁਗੋ ਯੁਗ ਅਟਲ ਧਰਮ ਕਾ ਜੈਕਾਰਾ ਬੋਲਣਾ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਦਤਾਰ ਜੀਓ ਸ੍ਰੀ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਸ੍ਰਿਸ਼ਟੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਗੜੀ ਪ੍ਰਾਰਥਨਾ ਸਤਿਗੁਰੂ ਜੀ ਆਪ ਜੀ ਕੀ ਗੁਰਬਾਣੀ ਕੇ ਪਾਵਨ ਸ਼ਬਦ ਹਨ ਜਿਹਾ ਜੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵਹਿ ਨਾਨਕਾ ਸਤੇ ਉੱਠੀ ਜਾਹੇ ਸਤਿਗੁਰ ਜੀ ਆਪ ਜੀ ਦੇ ਦਰ ਘਰ ਦਾ ਪ੍ਰੀਤਵਾਨ ਭਾਈ ਸਹਿ ਭਾਈ ਸੌਣ ਸਿੰਘ ਜੀ ਸਤਿਗੁਰ ਜੀ ਠੇਕੇਦਾਰ ਆਪ ਜੀਆਂ ਨੇ ਜਿੰਨੀ
ਸਤਿਗੁਰ ਜੀ ਆਪ ਜੀ ਦੇ ਭਾਣੇ ਅਨੁਸਾਰ ਸਤਿਗੁਰ ਜੀ ਕੁਛ ਦਿਨ ਪਹਿਲਾਂ ਅਕਾਲ ਚਲਾਣ ਕਰਦੇ ਸਨ ਸਤਿਗੁਰ ਜੀ ਉਹਨਾਂ ਦੇ ਨਿਮਿਤ ਸਤਿਗੁਰ ਜੀ ਆਪ ਜੀ ਦੇ ਹਜ਼ੂਰ ਅੰਦਰ ਬੈਠ ਕਰਕੇ ਧੁਰਕੀ ਬਾਣੀ ਦੇ ਜਾਪ ਸਤਿਗੁਰ ਜੀ ਅਲਾਣੀਆਂ ਦੇ ਜਾਪ ਹੋਏ ਸਨ ਸਤਿਗੁਰ ਜੀ ਛੇ ਪੌੜੀਆਂ ਅਨੰਦ ਸਾਹਿਬ ਗੁਰਬਾਣੀ ਦੇ ਪਾਠ ਹੋਏ ਨੇ ਸਤਿਗੁਰ ਜੀ ਇੰਨੇ ਸਮੇਂ ਦੌਰਾਨ ਸਤਿਗੁਰ ਜੀ ਆਪ ਜੀ ਦੇ ਹਜ਼ੂਰ ਅੰਦਰ ਅਲਾਣੀਆਂ ਦੇ ਪਾਠ ਕਰਦਿਆਂ ਗੁਰੂ ਸਤਿਗੁਰ ਜੀ ਛੇ ਪੌੜੀਆਂ ਅਨੰਦ ਸਾਹਿਬ ਗੁਰਬਾਣੀ ਦੇ ਪਾਠ ਕਰਦਿਆਂ ਗੁਰੂ ਬੇਅੰਤ ਬੇਅੰਤ ਤਰ੍ਹਾਂ ਦੀਆਂ ਗਲਤੀਆਂ ਹੋ ਗਈਆਂ ਨੇ ਸਤਿਗੁਰ ਜੀ ਅਣਜਾਣ ਦੇ ਬੱਚਿਆਂ ਅਗਾਹਾਂ ਵਾਸਤੇ ਸੀਸਾਂ ਤੇ ਮੇਰ ਭਰਿਆ ਕਰਾ ਕੇ ਸ਼ੁੱਧ ਬਾਣੀ ਦੇ ਪਾਠ ਸਤਿਗੁਰ ਜੀ ਕਰਨ ਦੀ ਸਮਰੱਥਾ ਬਖਸ਼ਿਸ਼ ਕਰਿਓ ਸਤਿਗੁਰ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਭਾਈ ਸਾਹਿਬ ਭਾਈ ਮੋਹਨ ਸਿੰਘ ਸਤਿਗੁਰ ਜੀ ਮੋਹਨ ਸਿੰਘ ਠੇਕੇਦਾਰ ਸਤਿਗੁਰ ਜੀ ਬਖਸ਼ਿਸ਼ ਕਰਿਓ ਸਤਿਗੁਰ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਤਿਗੁਰ ਜੀ ਘਰ ਪਰਿਵਾਰ ਬੱਚਿਆਂ ਦੇ ਹਿਰਦਿਆਂ 'ਚ ਸਰਬੱਤ ਸੰਗਤਾਂ ਦੇ ਹਿਰਦਿਆਂ 'ਚ ਵਸਾਇਓ ਸਤਿਗੁਰ ਜੀ ਗੁਰਮੁਖ ਪਰਿਵਾਰ ਵੱਲੋਂ ਸਤਿਗੁਰ ਜੀ ਆਪ ਜੀ ਦੇ ਹਜ਼ੂਰ ਅੰਦਰ ਅੰਮ੍ਰਿਤਮਈ ਪੰਚਮ ਖਰਾਬ ਵਰਸ਼ਾ ਦੀਆਂ ਦੇਗਾਂ ਸਜਾ ਕਰਕੇ ਲੋਹ ਲੰਗਰਾਂ ਵਿੱਚ ਸਤਿਗੁਰ ਜੀ ਆਪ ਸਜਾ ਕਰਕੇ ਹਾਜ਼ਰ ਨੇ ਆਪ ਜੀ ਦਰ ਤੇ ਪ੍ਰਵਾਨ ਕਰਿਓ ਦਰ ਪ੍ਰਵਾਨਿਆਂ ਸਾਧ ਸੰਗਤ ਵਿੱਚ ਵਰਤੇ ਜੋ ਜੀ ਸਕੇ ਆਪ ਜੀ ਦਾ ਨਾਮ ਸਭਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿਗੁਰ ਜੀ ਘਰ ਪਰਿਵਾਰ ਦੇ ਸਿੱਖਾਂ ਦੇ ਦੇਖ ਪ੍ਰਯਤਨ ਰੱਖਣਾ ਸਤਿਗੁਰ ਜੀ ਘਰੋਂ ਘਰੋਂ ਗੁਰ ਸਿੱਖੀ ਨਾਮ ਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰ ਜੀ ਆਉਣ ਵਾਲਾ ਸਮਾਂ ਪਰਿਵਾਰ ਤੇ ਸਤਿਗੁਰ ਜੀ ਖੁਸ਼ੀਆਂ ਭਰਿਆ ਆਨੰਦਾ ਬਸੀਬ ਹੋਵੇ ਸਤਿਗੁਰ ਜੀ ਆਪ ਜੀ ਕਰੋ ਕਿਰਪਾ ਲਾਹੀ ਤੇ ਦਰਗਾਹੀ ਹੁਕਮਨਾਮੇ ਸਾਹਿਬ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸੰਗਤਾਂ ਨੂੰ ਸੀਸਾਂ ਦੀਆਂ ਦਾਤਾਂ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦੇ ਮੇਲ ਜਿਨ ਮਿਲਿਆ ਕਰਕੇ ਆਪ ਜੀਆਂ ਦਾ ਇਨਾਮ ਚਿੱਤ ਆਵੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੀ ਸਰਬੱਤਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਹੀ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਿੱਥੇ ਗਈ